कणक का सीजन खत्म हो चुका है पर मंडियों विच हाले भी सरकार वालों खरीदी कणक के अंबार उस तरह ही खुले आसमान हेठ लगे हुए हैं। आड़तियों ने डीसी कपूरथला नूं मंग पत्र भी लिखा है कि वह मंडियों विचों कणक की लिफ्टिंग जल्दी करवाए। उत्थे ही ट्रांसपोर्ट ठेकेदार के ड्राइवर उत्ते भी लिफ्टिंग समय पैसे मंगण के दोष लगे हैं। आड़तियों का कहना है कि लेबर वेली बैठी है और सारा खर्चा आड़तियों नूं पै रहा है। कांग्रेस पार्टी नूं दिल्लियों हुक्म आउंदे आ, गांधी परिवार तो हुक्म आउंदे आ, भारतीय जनता पार्टी नूं मोदी साहब तो हुक्म आउंदे आ, आम आदमी पार्टी नूं केजरीवाल तो हुक्म आउंदे आ, कामरेडां नूं अपने यचूरी साहब तो हुक्म आउंदे आ, ते कल्ली श्रोमणी अकाली दल है जिहड़ी थोड़ी अपनी है, जो असीं सोच सकदे पंजाब प्रति, गरीब प्रति, किसान प्रति, आम जनता प्रति जिन्हां मगर थोड़े मोटे लोग भी हैं, उन्हां सारियां तो कल्ली एक पार्टी है जिहड़ी पंजाबियों दी पार्टी। ਅਸੀਂ ਕੋਈ ਜ਼ਿੰਮੇਵਾਰੀ, ਮਾਲ ਖਰਾਬ ਹੋ ਗਿਆ, ਡੈਮੇਜ ਹੋ ਗਿਆ, ਕੋਈ ਵੀ ਹੋ ਗਿਆ, ਆੜਤੀ ਕਿਸੇ ਗੱਲ ਦੇ ਜ਼ਿੰਮੇਵਾਰ ਨਾ ਹੋਏਗਾ। ਸਾਡੇ ਤੇ ਇੰਸਪੈਕਟਰ ਉਲਟਾ ਪ੍ਰੈਸ਼ਰ ਬਣਾਉਂਦੇ ਨੇ ਕਿ ਤੁਸੀਂ ਮਾਲ ਠੀਕ ਲੱਦੋ, ਠੀਕ ਲੱਦੋ। ਅਸੀਂ ਤਾਂ ਆਪਣੇ ਵੱਲੋਂ ਠੀਕ ਹੀ ਲੱਦਦੇ ਹਾਂ, ਜਿਹੜੀ ਕੁਦਰਤੀ ਮਾਰ ਹੈ ਉਹਨੂੰ ਕਿਹੜਾ ਟਾਲ ਸਕਦਾ। ਸਾਨੂੰ ਨਜਾਇਜ਼ ਤੰਗ ਕਰਦੇ ਨੇ, ਉੱਥੇ ਸਾਡੇ ਟਰੱਕ ਰੋਕ ਦਿੰਦੇ ਨੇ, ਉੱਥੇ ਸਾਡੇ ਮਾਲ ਨਹੀਂ ਲਾਉਂਦੇ, ਕਹਿੰਦੇ ਆੜਤੀ ਇੱਥੇ ਆਵੇ ਤਾਂ ਹੀ ਮਾਲ ਲਾਉਣਾ, ਜਦੋਂ ਕਿ ਉਹਨਾਂ ਦਾ ਖਰੀਦਿਆ ਮਾਲ ਅਸੀਂ ਲੱਦਣਾ। ਅਸੀਂ ਆਪਣੇ ਕੋਲੋਂ ਇੱਕ ਬੋਰੀ ਨਹੀਂ ਲਾਈ, ਜਿਹੜਾ ਇੰਸਪੈਕਟਰ ਨੇ ਮਾਲ ਖਰੀਦਿਆ ਅਸੀਂ ਉਹੀ ਲੱਦਣਾ। ਬਾਰਦਾਨਾ ਪੁਰਾਣਾ ਜਿਹੜਾ ਹੈਗਾ, ਬੀ ਕਲਾਸ ਬਾਰਦਾਨਾ ਵਿੱਚੋਂ ਉਹਦੀ ਵੀ ਹਾਲਤ ਖਸਤਾ ਨਿਕਲਦੀ ਪਈ, ਉਹਦੇ ਅਸੀਂ ਕੋਈ ਜ਼ਿੰਮੇਵਾਰ ਨਹੀਂ, ਕਿਉਂਕਿ ਉਹਦਾ ਸਟਰਕਚਰ ਜਿਹੜਾ ਉਹ ਮਾੜਾ ਹੋ ਚੁੱਕਾ ਬਾਰਿਸ਼ ਨਾਲ, ਅਤੇ ਆੜਤੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਮਾਲ ਚੁੱਕਣ ਦੀ। ਉਹਦੇ ਵਿੱਚ ਕੁਆਲਿਟੀ ਐਂਡ ਕੁਆਂਟਿਟੀ ਦੀ ਆੜਤੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਸਰਕਾਰੀ ਖਰੀਦ 12 ਅਪ੍ਰੈਲ ਤੋਂ ਸ਼ੁਰੂ ਹੋਈ ਹੈ ਅਤੇ 12 ਮਈ ਨੂੰ ਖਤਮ ਹੋ ਚੁੱਕੀ ਹੈ। ਇੱਕ ਮਹੀਨਾ ਹੋ ਗਿਆ ਖਰੀਦ ਸ਼ੁਰੂ ਹੋਈ ਨੂੰ, ਅਤੇ ਇਸ ਖਰੀਦ ਦੇ ਦੌਰਾਨ ਲਗਭਗ 4 ਲੱਖ ਕੱਟਾ ਮੰਡੀ ਵਿੱਚੋਂ ਖਰੀਦਿਆ ਗਿਆ ਹੈ, ਪਰ ਇੱਕ ਮਹੀਨਾ ਬੀ ਜਾਣ ਦੇ ਬਾਵਜੂਦ ਵੀ 2.5 ਲੱਖ ਤੋਂ ਵੱਧ ਕੱਟਾ ਜਿਹੜਾ ਮੰਡੀਆਂ ਦੇ ਵਿੱਚ ਹੀ ਅਨਲਿਫਟ ਹੋਣ ਵਾਲਾ ਪਕਾਇਆ ਪਿਆ ਹੋਇਆ ਹੈ। ਅਤੇ ਮੌਸਮ ਵੀ ਵਾਰ ਵਾਰ ਖਰਾਬ ਹੋ ਰਿਹਾ ਹੈ, ਅਤੇ ਇਸ ਮੌਸਮ ਦੀ ਖਰਾਬੀ ਕਰਕੇ ਜਿਹੜਾ ਅਨਾਜ ਹੈ ਸਰਕਾਰ ਵੱਲੋਂ ਖਰੀਦਿਆ ਉਹ ਖਰਾਬ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਅਤੇ ਸਾਨੂੰ ਸਰਕਾਰ ਵੱਲੋਂ ਜੋ ਇਸਦੀ ਲਿਫਟਿੰਗ ਵਾਸਤੇ ਨਾ ਤਾਂ ਕੋਈ ਬਹੁਤੇ ਟਰੱਕ ਮੁਹੱਈਆ ਕਰਵਾਏ ਜਾ ਰਹੇ ਹੈ, ਅਤੇ ਨਾ ਹੀ ਗਾਂ ਇਹਨਾਂ ਕੋਲ ਸਪੇਸ ਅਵੇਲੇਬਲ ਹੈ। ਇਸ ਮੰਡੀ ਵਿੱਚ ਕਿੰਨਾ ਕੁ ਅਨਾਜ ਦਾ ਗੱਟਾ ਪਿਆ ਹੋਇਆ? ਲਗਭਗ 2.5 ਲੱਖ ਤੋਂ ਜ਼ਿਆਦਾ ਜਿਹੜੀ ਹੈ ਉਹ ਬੋਰੀ ਇੱਥੇ ਅਜੇ ਲਿਫਟ ਹੋਣ ਵਾਲੀ ਪਈ ਹੋਈ ਹੈ। ਕੋਈ ਗੱਲ ਤੇ ਵੇ ਸੋਵੇ ਰਸਾ ਦੇ ਸਿਰੇ ਦੇ ਗੰਢ, ਸਾਰੇ ਮਜ਼ਦੂਰ ਵਿਚਾਰੇ ਭੁੱਖੇ ਮਰਦੇ ਆ, ਸਾਰੇ ਮਜ਼ਦੂਰਾਂ ਦੀ ਇਹ ਹਾਲਤ ਆ। ਕੰਮ ਤੋਂ ਬਗੈਰ ਦੇਖੋ ਮਜ਼ਦੂਰ ਰੋਟੀ ਕਿੱਦਾਂ ਖਾਊਗਾ, ਕੰਮ ਤੋਂ ਬਗੈਰ ਮਜ਼ਦੂਰ ਦੀ ਹਾਲਤ ਕੀ ਹੋਊਗੀ? ਆੜਤੀ ਵੀ ਇੱਥੇ ਕਦੀ ਬਾਰਿਸ਼ ਆ ਜਾਂਦੀ, ਕਦੀ ਕੋਈ ਆ ਜਾਂਦਾ, ਲਿਫਟਰ ਦਾ ਕੋਈ ਪ੍ਰੋਗਰਾਮ ਨਹੀਂ। ਫਿਰ ਮਤਲਬ ਡੀਸੀ ਸਾਹਿਬ ਵੀ ਇੱਥੇ ਆਏ ਸੀ, ਉਦੋਂ ਵੀ ਅਸੀਂ ਬੇਨਤੀ ਕੀਤੀ ਸੀ ਵੀ ਸਾਡੀ ਲਿਫਟਰ ਨੂੰ ਤੇਜ਼ ਕੀਤਾ ਜਾਏ। ਉਹ ਤੇਜ਼ ਕਰਨ ਦੀ ਬਜਾਏ ਉਹ ਇਹਨਾਂ ਕੋਲ 6-7 ਟਰੱਕ ਆਉਂਦੇ ਨੇ, 22 ਆੜਤੀਆਂ 'ਚੋਂ ਇੱਕ ਇੱਕ ਟਰੱਕ ਮਿਲਦਾ, 6 ਨੂੰ ਮਿਲ ਜਾਂਦਾ, ਬਾਕੀ ਸਾਰਾ ਬਾਅਦ ਤੋਂ ਰਹਿੰਦੇ ਨੇ। ਠੀਕ, ਅਤੇ ਉਹ ਬਾਕੀ ਜਿੰਨਾ ਜਿੰਨ ਫਿਰ ਇੱਕ ਹੋਰ ਆ ਵੀ ਟਰੱਕਾਂ ਵਾਲੇ ਪੈਸੇ ਮੰਗਦੇ ਨੇ, ਉਹ 5-6 ਆੜਤਾਂ ਤੋਂ ਉੱਦਾਂ ਹੀ ਮਤਲਬ ਉੱਥੇ ਜਾ ਕੇ ਲਾਉਂਦੇ ਨੇ ਜਿੱਥੇ ਉਹਨਾਂ ਨੂੰ ਪੈਸੇ ਮਿਲਦੇ ਨੇ। ਇਹਦੀ ਗੱਲ ਤੁਹਾਨੂੰ ਹੁਣੇ ਵੀ ਵੀਡੀਓ ਆਪਣੇ ਤੁਸੀਂ ਵੇਖ ਸਕਦੇ ਹੋ। ਉਹਦੇ ਵਿੱਚ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।